पंजाब दी विधानसभा विच जिस प्रकार कांग्रेस दे चुने हुए नुमाइंदियां ने धरना ला के और जिस प्रकार नाटक कीता है, मैनू तां इस गल दा स्मरण हुंदा है जिवें बिग बॉस ऑडिशंस दे विच अखीरले नाटक दे समय बंदियां नूं कढ़िया जांदा है। एक आखिरला ड्रामा जिहड़ा है ਉਹ ਗੈਰ ਜ਼ਿੰਮੇਵਾਰਨਾ ਤਰੀਕੇ ਨਾਲ ਕੀਤਾ ਗਿਆ ਹੈ। ਇਹਦੇ ਲਈ ਦੂਸਰੀਆਂ ਪਾਰਟੀਆਂ ਵੀ ਉਹਨੇ ਦੋਸ਼ੀ ਨੇ, ਕਿਉਂਕਿ 9.5 ਸਾਲ ਤੋਂ ਪੰਜਾਬ ਦੀ ਵਿਧਾਨ ਸਭਾ ਵਿੱਚ ਗਾਲੀ ਗਲੋਚ ਔਰ ਮਾਵਾਂ ਧੀਆਂ ਪੈਣਾ ਤੱਕ ਦੀ ਇਸ ਪ੍ਰਕਾਰ ਦੀਆਂ ਗਾਲਾਂ ਦਿੱਤੀਆਂ ਗਈਆਂ ਔਰ ਜੋ ਲੋਕਾਂ ਦੇ ਸੁਲਗ ਦੇ ਔਰ ਪਖਵੇਂ ਮਸਲੇ ਹਨ ਉਹਨਾਂ ਤੇ ਵਿਚਾਰ ਔਰ ਡਿਬੇਟ ਕਰਨ ਦੀ ਬਜਾਏ ਜੋ ਪ੍ਰਜਾਤੰਤਰ ਦੇ ਮੰਦਰ ਦਾ ਇੱਕ ਸਭ ਤੋਂ ਵੱਡਾ ਸੁਨੇਹਾ ਹੁੰਦਾ ਹੈ ਉਸ ਦੀ ਬਜਾਏ ਇੱਕ ਡਰਾਮਾ ਇਨੈਕਟ ਕੀਤਾ ਗਿਆ ਹੈ। ਔਰ ਮੈਂ ਅੱਜ ਇਹ ਮਹਿਸੂਸ ਕਰਦਾ ਕਿ ਇਸ ਨਾਲ ਪੰਜਾਬ ਦੀ ਵਿਧਾਨ ਸਭਾ ਦਾ ਹਿੰਦੁਸਤਾਨ ਦੇ ਵਿੱਚ ਕੋਈ ਬ੍ਰਸ਼ ਕਰ ਰਿਹਾ ਹੈ, ਕੋਈ ਆਪਣੇ ਆਪਣੇ ਪੋਜ਼ਿਸ ਤੇ ਲੰਮਾ ਸੁੱਤਾ ਪਿਆ ਹੈ। 9 ਸਾਲ ਵੈਸੇ ਸੁੱਤੇ ਰਹੇ ਪੰਜਾਬ ਦੀ ਵਿਧਾਨ ਸਭਾ ਵਿੱਚ ਔਰ ਅਖੀਰਲੇ ਡਰਾਮੇ ਵੇਲੇ ਦੁਬਾਰਾ ਫੇਰ ਲੋਕਾਂ ਨੇ ਉਹਨਾਂ ਦੀਆਂ ਇਹੀ ਤਸਵੀਰਾਂ ਵੇਖੀਆਂ। ਮੈਂ ਇਸ ਗੱਲ ਦਾ ਦਿਲੀ ਤੌਰ ਤੇ ਅਫਸੋਸ ਪ੍ਰਗਟ ਕਰਦਾ ਕਿ ਜੋ ਬਿਜ਼ਨਸ ਆਫ ਦਾ ਹਾਊਸ ਹੈ, ਜੋ ਮਰਿਆਦਾ ਹੈ, ਉਹ ਭੰਗ ਹੋਣ ਨਾਲ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚੇ।